ਮੇਰਾ ਨਾਮ ਸਰਬਜੀਤ ਸਿੰਘ ਭੁੱਲਰ ਹੈ ਜੀ। ਅੱਜ ਦਾ ਜੋ ਵਿਸ਼ਾਲ ਖੂਨਦਾਨ ਕੈਂਪ ਹੈ, ਸਵਰਗੀ ਪਿਤਾ ਜਥੇਦਾਰ ਮੁਖਤਿਆਰ ਸਿੰਘ ਭੁੱਲਰ ਜੀ ਦੀ ਸਾਲਾਨਾ ਮਿੱਠੀ ਯਾਦ ਨੂੰ ਸਮਰਪਿਤ ਹੈ। ਇਹ ਕੈਂਪ ਖਾਲਸਾ ਬਲੱਡ ਡੋਨੇਟ ਯੂਨਿਟੀ ਰਜਿਸਟਰਡ ਸ੍ਰੀ ਅੰਮ੍ਰਿਤਸਰ ਵੱਲੋਂ ਹਰ ਸਾਲ 8ਵਾਂ ਕੈਂਪ ਜਿਹੜਾ ਅੱਜ ਲੱਗਿਆ ਹੋਇਆ ਜੀ। ਮੈਂ ਬਹੁਤ ਧੰਨਵਾਦ ਕਰਦਾ ਖਾਲਸਾ ਬਲੱਡ ਟੀਮ ਦਾ ਅਤੇ ਖਾਸ ਕਰਕੇ ਕੌਂਸਲਰ ਮੋਹਨ ਸਿੰਘ ਮਾੜੀ ਮੇਗਾ ਜੀ ਦਾ, ਜਿਨ੍ਹਾਂ ਦੇ ਸੰਯੋਗ ਦੇ ਨਾਲ ਇਹ ਕੈਂਪ ਲੱਗਾ ਔਰ ਸਾਨੂੰ ਚੰਗੇ ਕੰਮ ਵਾਲੇ ਭੁੱਲਰ ਫੈਮਿਲੀ ਨੂੰ ਇਹਨਾਂ ਨੇ ਪ੍ਰੇਰਿਤ ਕੀਤਾ। ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਜਿਹੜਾ ਬਲੱਡ ਦਾਨ ਕਰੋ ਔਰ ਆਪਣੇ ਮਨੁੱਖਤਾ ਦੀ ਸੇਵਾ ਕਰੋ। ਹਰ ਹਰ ਇੱਕ ਦੀ ਸੋਚ ਅਲੱਗ ਅਲੱਗ ਸੋਚ ਆ, ਹਰ ਇੱਕ ਬੰਦਾ ਹਰ ਤਰ੍ਹਾਂ ਦੀ ਸੇਵਾ ਕਰਦਾ, ਕੋਈ ਬਲੱਡ ਡੋਨੇਟ ਕਰਦਾ, ਕੋਈ ਲੰਗਰ ਦੀ ਸੇਵਾ ਕਰਦਾ, ਕੋਈ ਕੱਪੜੇ ਦਾਨ ਕਰਦਾ, ਕੋਈ ਕਿਸੇ ਤਰ੍ਹਾਂ ਦਾ ਕਿਸੇ ਨੂੰ ਮਕਾਨ ਬਣਾ ਕੇ ਦਿੰਦਾ। ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਜਿੱਥੇ ਜਿੱਥੇ ਵੀ ਕਿਸੇ ਦਾ ਮਨ ਕਰਦਾ ਬਸ ਮਨੁੱਖਤਾ ਦੇ ਭਲੇ ਵਾਸਤੇ ਕੰਮ ਕਰੋ ਔਰ ਨਸ਼ੇ ਛੱਡੋ ਔਰ ਪੰਜਾਬ ਦੇ ਭਲਾਈ ਵਾਸਤੇ ਕੰਮ ਕਰੋ। ਇਹ 8ਵਾਂ ਕੈਂਪ ਹੈਗਾ ਜੀ ਜਿਹੜਾ ਸਰਦਾਰ ਮੁਖਤਿਆਰ ਸਿੰਘ ਭੁੱਲਰ ਦੀ ਯਾਦ ਵਿੱਚ ਲੱਗਦਾ। ਵੈਸੇ ਸਾਡੀ ਸੁਸਾਇਟੀ ਜਿਹੜੀ ਹੈਗੀ ਆ ਹਰ 14 ਸਾਲ ਤੋਂ ਇਸ ਮਤਲਬ ਸਮਾਜ ਦੇ ਵਿੱਚ ਆਪਣਾ ਜਿਹੜਾ ਮੁੱਢਮੁੱਲਾ ਜਿਹੜਾ ਯੋਗਦਾਨ ਪਾ ਰਹੀ ਆ ਔਰ ਮੈਂ ਬੇਨਤੀ ਕਰਦਾ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਵੀ ਪ੍ਰੋਬਲਮ ਆਉਂਦੀ ਉਹ ਖਾਲਸਾ ਬਲੱਡ ਡੋਨੇਟ ਯੂਨਿਟੀ ਦੇ ਹੈਲਪਲਾਈਨ ਨੰਬਰ 'ਤੇ ਸੰਪਰਕ ਕਰੇ। ਆਲ ਪੰਜਾਬ ਦੇ ਵਿੱਚ PGI ਤੱਕ ਕਿਸੇ ਨੂੰ ਬਲੱਡ ਦੀ ਲੋੜ ਪੈਂਦੀ ਹੈ ਤਾਂ ਇਹਨਾਂ ਨਾਲ ਕੰਟੈਕਟ ਕਰ ਸਕਦਾ ਜੀ। ਹੁਣ ਤੱਕ 200+ ਜਿਹੜਾ ਖੂਨਦਾਨ ਕਰ ਚੁੱਕੇ ਨੇ ਲੋਕ। 7:30 ਵਜੇ ਤੋਂ ਕੈਂਪ ਜਿਹੜਾ ਸਟਾਰਟ ਹੋਇਆ ਜੀ ਔਰ ਸ਼ਾਮੀ 7 ਵਜੇ ਤੱਕ ਇਹ ਕੈਂਪ ਜਿਹੜਾ ਨਿਰੰਤਰ ਚਾਲੂ ਰਹੇਗਾ ਔਰ ਮੈਂ ਅਪੀਲ ਕਰਦਾ ਸਾਰੇ ਨੌਜਵਾਨਾਂ ਨੂੰ ਔਰ ਨੌਜਵਾਨ ਭੈਣਾਂ ਨੂੰ ਇਸ ਖੂਨਦਾਨ ਕੈਂਪ ਦੇ ਵਿੱਚ ਆਣ ਕੇ ਆਪਣਾ ਯੋਗਦਾਨ ਪਾਓ ਤਾਂ ਕਿ ਲੋੜਵੰਦਾਂ ਦੀ ਸੇਵਾ ਕਰ ਸਕੀਏ।